ਇਸ ਵੇਲੇ ਦੀ ਵੱਡੀ ਖਬਰ ਹੈ ਬੰਬੀਹਾ ਗਰੁੱਪ ਦੇ ਨਾਲ ਜੁੜੀ ਹੋਈ ਬੰਬੀਹਾ ਗਰੁੱਪ ਦੇ ਵੱਲੋਂ ਗਾਇਕ ਅਤੇ اداکار ਮਨਕੀਰਤ ਆਲਖ ਨੂੰ ਧਮਕੀ ਦਿੱਤੀ ਗਈ ਹੈ ਫੇਸਬੁੱਕ ਤੇ ਪੋਸਟ ਪਾ ਕੇ ਮਨਕੀਰਤ ਆਲਖ ਨੂੰ ਬੰਬੀਹਾ ਗਰੁੱਪ ਨੇ ਧਮਕੀ ਦਿੱਤੀ ਹੈ ਜਿਹੜੀ ਪੋਸਟ ਪਾਈ ਗਈ ਹੈ ਕਰੀਬ 2 ਘੰਟੇ ਪਹਿਲਾਂ ਇਹ ਪੋਸਟ ਪਾਈ ਗਈ ਹੈ ਤੁਹਾਨੂੰ ਪੋਸਟ ਵਿੱਚ ਪੜ ਕੇ ਸੁਣਾਉਣਾ ਹੈ ਕਿ ਕੀ ਕੁਝ ਲਿਖਿਆ ਹੈ ਇਸ ਪੋਸਟ ਦੇ ਵਿੱਚ ਸਭ ਤੋਂ ਪਹਿਲਾਂ ਲਿਖਿਆ ਗਿਆ ਹੈ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭਸ਼ੇ ਪਹਰਾਵਾਂ ਨੂੰ ਦਵਿੰਦਰ ਬੰਬੀਹਾ ਫਰਾਂਸ ਵਾਲੀ ਆਈਡੀ ਬੰਦ ਹੋ ਗਈ ਹੈ ਕੁਝ ਰੀਜ਼ਨ ਕਰਕੇ ਸੋ ਫੇਕ ਆਈਡਿਜ਼ ਤੇ ਅਲਰਟ ਰਹੋ ਬਾਕੀ ਸਿੱਧੂ ਮੂਸੇਵਾਲਾ ਦੇ ਫਾਦਰ ਨੇ ਜੋ ਕਿਹਾ ਸੀ ਉਹਨਾਂ ਦੀ ਹਾਲ ਦਾ ਉਹਨਾਂ ਦੀ ਗੱਲ ਦਾ ਸਮਰਥਨ ਕਰਦਿਆ ਕਿ 골ਡੀ ਬਰਾਡ ਲਾਰੈਂਸ ਨਸ਼ਾ ਵੇਚਣ ਤੇ ਪੈਸੇ ਲੈ ਕੇ ਬੰਦਾ ਮਾਰਨ ਵਾਲੇ ਨੇ ਤੁਸੀਂ ਸਭ ਨੇ ਨੋਟ ਕੀਤਾ ਹੋਵੇਗਾ ਜਿਸ ਦਿਨ ਦਾ ਸਿੱਧੂ ਦੇ ਕਤਲ ਕਾਂਡ ਦੇ ਵਿੱਚ ਸਿੰਗਰ ਦਾ ਨਾਂ ਜੋ ਕਿ ਗੁਪਤ ਰੱਖਿਆ ਹੈ ਹਜੇ ਤੱਕ ਆਇਆ ਹੈ ਉਸ ਦਿਨ ਦੇ ਗੋਲਡੀ ਬਰਾਡ ਦਾ ਦੇ ਮੇਰੇ ਸਭ ਝੂਠ ਸਾਹਮਣੇ ਆਏ ਨੇ ਤੇ ਇਹਨਾਂ ਵੱਲੋਂ ਇੱਕੀ ਕੋਈ ਪੱਖ ਨਹੀਂ ਪੇਸ਼ ਕੀਤਾ ਗਿਆ ਕਿਉਂਕਿ ਇਹਨਾਂ ਨੂੰ ਪਤਾ ਹੈ ਇਹਨਾਂ ਬਹੁਤ ਵੱਡਾ ਪਾਪ ਕੀਤਾ ਹੈ ਜਿਸ ਦਿਨ ਮਾਫੀ ਇਹਨਾਂ ਦੀ ਜਿਸ ਦੀ ਮਾਫੀ ਇਹਨਾਂ ਦੀ ਮੌਤ ਤੋਂ ਬਾਅਦ ਵੀ ਇਹਨਾਂ ਨੂੰ ਨਹੀਂ ਮਿਲਨੀ ਇਹ ਪੋਸਟ ਜਿਹੜੀ ਲਿਖੀ ਗਈ ਹੈ ਤੁਹਾਨੂੰ ਅਸੀਂ ਪੜ੍ਹ ਕੇ ਸੁਣਾ ਰਿਹਾ ਅਸੀਂ ਵੀ ਇਹ ਕਲੀਅਰ ਕਰਦੇ ਆ ਸਿੱਧੂ ਦਾ ਕਤਲ ਤੋਂ ਕਤਲ ਦਾ ਬਦਲਾ ਜ਼ਰੂਰ ਲਵਾਂਗੇ ਭਾਵੇਂ ਟਾਈਮ ਜਿੰਨਾ ਮਰਜ਼ੀ ਲੱਗ ਜਾਵੇ ਹਾਲਾਂਕਿ ਇਸ ਦੇ ਵਿੱਚ ਜ਼ਿਕਰ ਮਨਕੀਰਤ ਔਲਖ ਦਾ ਕੀਤਾ ਗਿਆ ਕਿ ਉਹਨਾਂ ਵੱਲੋਂ ਲਿਖਿਆ ਗਿਆ ਹੈ ਕਿ ਜੋ ਵੀ ਬੰਦਾ ਜੱਗੂ ਲੋਰੈਂਸ ਤੇ 골ਡੀ ਬਰਾੜ ਦਾ ਸਾਥ ਦੇਗਾ ਉਹਨੂੰ ਵੀ ਗੱਡੀ ਜ਼ਰੂਰ ਚਾੜਾਂਗੇ 골ਡੀ ਬਰਾੜ ਨੂੰ ਇਹ ਕਹਿੰਦੇ ਆ ਸੰਤ ਜੀ ਦਾ ਨਾਂ ਲੈ ਕੇ ਗੱਲ ਕਰਨ ਵਾਲਾ ਕਦੇ ਕਮਜ਼ੋਰ ਜਾਂ ਫੇਰ ਬੇਸਹਾਰਾ ਤੇ ਨਿਹੱਥਾ ਦੇ ਵਾਰ ਨਹੀਂ ਕਰਦਾ ਤੇ ਨਾ ਹੀ ਪੈਸੇ ਲੈ ਕੇ ਕਤਲ ਤੋਂ ਕਤਲ ਕਰਦਾ ਤਾਂ ਹਰਜਾਨਾ ਬਹੁਤ ਵੱਡਾ ਚੁਕਾਣਾ ਪਊਗਾ ਇਹ ਲਿਖਿਆ ਗਿਆ ਹੈ ਇਹ ਵੀ ਲਿਖਿਆ ਗਿਆ ਹੈ ਕਿ ਮਨਕੀਰਤ ਔਲਖ ਨੂੰ ਬਹੁਤ ਵੱਡਾ ਹਰਜਾਨਾ ਚੁਕਾਣਾ ਪਵੇਗਾ ਮਨਕੀਰਤ ਔਲਖ ਦੋਸ਼ੀ ਹੈ ਸਾਡੀ ਲਿਸਟ ਦੇ ਵਿੱਚ ਸਭ ਤੋਂ ਟਾਪ ਤੇ ਮਨਕੀਰ ਮਨਕੀਰਤ ਔਲਖ ਦਾ ਨਾਮ ਹੈ ਤੈਨੂੰ ਮਿਲਾਂਗੇ ਜ਼ਰੂਰ ਵੇਟ ਐਂਡ ਵਾਚ ਆਲ ਕੋਵਰਟਸ ਤਾਂ ਇਹ ਸਾਰੀ ਜਿਹੜੀ ਗੱਲ ਹੈ ਉਹ ਬੰਬੀਹਾ ਗਰੁੱਪ ਦੇ ਮੈਂਬਰ ਦੇ ਵੱਲੋਂ ਇਹ ਲਿਖੀ ਗਈ ਹੈ ਸੁਲਤਾਨ ਦਵਿੰਦਰ ਬੰਬੀਹਾ ਦੇ ਨਾਮ ਤੋਂ ਇੱਕ ਅਕਾਊਂਟ ਬਣਾਇਆ ਗਿਆ ਕਰੀਬ 22 ਘੰਟੇ ਪਹਿਲਾਂ ਹੀ ਇਹ ਪੋਸਟ ਪਾਈ ਗਈ ਹੈ ਇਹ ਪਹਿਲਾਂ ਕਿਹਾ ਗਿਆ ਕਿ ਦਵਿੰਦਰ ਬੰਬੀਹਾ ਫਰਾਂਸ ਵਾਲੀ ਆਈਡੀ ਜੋ ਹੈ ਬੰਦ ਹੋ ਗਈ ਹੈ ਤੇ ਨਵੀਂ ਆਈਡੀ ਬਣਾਈ ਗਈ ਹੈ 22 ਘੰਟੇ ਪਹਿਲਾਂ ਇਹ ਨਵੀਂ ਆਈਡੀ ਜਿਹੜੀ ਐਕਟੀਵੇਟ ਹੋਈ ਹੈ ਉਸ ਦੇ ਉੱਤੇ ਫੇਸਬੁੱਕ ਪੋਸਟ ਪਾ ਕੇ ਗਾਇਕ ਮਨਕੀਰ ਤੌਲਖ ਨੂੰ ਸ਼ਰਿਆਮ ਧਮਕੀ ਦਿੱਤੀ ਗਈ ਹੈ ਬੰਬੀਹਾ ਗਰੁੱਪ ਦੇ ਵੱਲੋਂ ਬੰਬੀਹਾ ਗਰੁੱਪ ਨੇ ਸ਼ਰਿਆਮ ਮਨਕੀਰਤ ਤੌਲਖ ਨੂੰ ਧਮਕੀ ਦਿੱਤੀ ਹੈ ਜੋ ਕਿ ਇਸ ਵੇਲੇ ਮਨਕੀਰਤ ਤੌਲਖ ਦੀ ਗੱਲ ਕੀਤੀ ਜਾਵੇ ਇਸ ਵੇਲੇ ਵਿਦੇਸ਼ ਦੇ ਵਿੱਚ ਨੇ ਪੰਜਾਬ ਦੇ ਵਿੱਚ ਪਹਿਲਾਂ ਤੋਂ ਹੀ ਉਹਨਾਂ ਦੇ ਵੱਲੋਂ ਇਹੀ ਕਿਹਾ ਗਿਆ ਕਿ ਉਹਨਾਂ ਨੂੰ ਗੈਂਗਸਟਰਾਂ ਤੋਂ ਸਪੈਸ਼ਲੀ ਬੰਬੀਹਾ ਗਰੁੱਪ ਤੋਂ ਆਪਣੀ ਜਾਨ ਨੂੰ ਖਤਰਾ ਦੱਸਿਆ ਸੀ ਲੇਕਿਨ ਬੰਬੀਹਾ ਗਰੁੱਪ ਦੇ ਨਿਸ਼ਾਨੇ ਤੇ ਹਜੇ ਵੀ ਮਨਕੀਰਤ ਤੌਲਖ ਹੈ ਤੇ ਫੇਸਬੁੱਕ ਤੇ ਪੋਸਟ ਪਾ ਕੇ ਬੰਬੀਹਾ ਗਰੁੱਪ ਦੇ ਵੱਲੋਂ ਸ਼ਰਿਆਮ ਧਮਕੀ ਦਿੱਤੀ ਗਈ ਹੈ ਕਿ ਮੰਕੀਰਤ ਔਲਖ ਨੂੰ ਇਸ ਦਾ ਹਰਜਾਨਾ ਬਹੁਤ ਮਾੜਾ ਭੁਗਤਣਾ ਪਊਗਾ ਕਿਉਂਕਿ ਉਹ ਇਹ ਵੀ ਲਿਖਿਆ ਗਿਆ ਹੈ ਕਿ ਵੇਚ ਵਾਟ ਜੋ ਕੀ ਹੈ ਦੇਖ ਲਵਾਂਗੇ ਵੇਟ ਐਂਡ ਵਾਚ ਇਹ ਜਿਹੜੀ ਗੱਲ ਆਖੀ ਗਈ ਹੈ ਇਹ ਬੰਬੀਹਾ ਗਰੁੱਪ ਦੇ ਵੱਲੋਂ ਕਿਹਾ ਗਿਆ ਸ਼ਰਯਾਮ ਧਮਕੀ ਦਿੱਤੀ ਗਈ ਹੈ ਮੰਕੀਰਤ ਔਲਖ ਨੂੰ ਕਿ ਤੈਨੂੰ ਅਸੀਂ ਜ਼ਰੂਰ ਮਿਲਾਂਗੇ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਜ਼ਰੂਰ ਲਿਆ ਜਾਊਗਾ ਫਿਰ ਉਹ ਚਾਹੇ ਟਾਈਮ ਜਿੰਨਾ ਮਰਜ਼ੀ ਲੱਗ ਜਾਵੇ ਤਾਂ ਬੰਬੀਹਾ ਗਰੁੱਪ ਦੇ ਵੱਲੋਂ ਧਮਕੀ ਦਿੱਤੀ ਗਈ ਹੈ ਸ਼ਰੇਆਮ ਫੇਸਬੁੱਕ ਤੇ ਪੋਸਟ ਪਾ ਕੇ 22 ਘੰਟੇ ਪਹਿਲਾਂ ਇੱਕ ਨਵਾਂ ਅਕਾਊਂਟ ਐਕਟੀਵੇਟ ਹੁੰਦਾ ਜਿਸ ਦੇ ਵਿੱਚ ਸ਼ਰਿਆਮ ਮਨਕੀਰਤ ਔਲਖ ਦਾ ਨਾਮ ਲੈ ਕੇ ਧਮਕੀ ਦਿੱਤੀ ਜਾਂਦੀ ਹੈ ਹਾਲਾਂਕਿ ਬੰਬੀਹਾ ਗਰੁੱਪ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਸਿੱਧੂ ਮਸਤੇਵਾਲਾ ਦਾ ਜਿਸ ਦਿਨ ਕਤਲ ਹੋਇਆ ਉਸ ਤੋਂ ਬਾਅਦ ਗੋਲਡੀ ਬਰਾੜ ਤੇ ਇਹਨਾਂ ਦੇ ਜਿਹੜੇ ਗੁਰਗੇ ਨੇ ਇਹਨਾਂ ਦੇ ਸਾਥੀਆਂ ਦੇ ਵੱਲੋਂ ਕਈ ਸਿੰਘਰਾ ਦਾ ਨਾਮ ਗੁਪਤ ਰੱਖਿਆ ਗਿਆ ਜੋ ਕਿ ਉਹਨਾਂ ਨੂੰ ਪਤਾ ਹੈ ਲੇਕਿਨ ਉਹਨਾਂ ਦੀ ਲਿਸਟ ਦੇ ਵਿੱਚ ਟੌਪ ਤੇ ਮਨਕੀਰਤ ਔਲਖ ਦਾ ਨਾਮ ਸ਼ਾਮਿਲ ਹੈ ਹਾਲਾਂਕਿ ਜਦੋਂ ਸਿੱਧੂ ਮਸੇਵਾਲਾ ਦਾ ਕਤਲ ਹੋਇਆ ਸੀ ਤਾਂ ਮਨਕੀਰ ਤੌਲਖ ਦਾ ਨਾਮ ਸਭ ਤੋਂ ਪਹਿਲਾਂ ਸਾਹਮਣੇ ਆਉਂਦਾ ਹੈ ਲੇਕਿਨ ਜਦੋਂ ਦਿੱਲੀ ਪੁਲਿਸ ਨੇ ਲਾਰੈਂਸ ਬਿਸ਼ਨੋਈ ਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਹੈ ਤਾਂ ਦਿੱਲੀ ਪੁਲਿਸ ਨੇ ਇਹ ਹੀ ਕਿਹਾ ਕਿ ਉਹਨਾਂ ਦੀ ਪੁੱਛਗਿੱਛ ਦੇ ਵਿੱਚ ਤਫ਼ਤੀਸ਼ ਦੇ ਵਿੱਚ ਮਨਕੀਰਤ ਔਲਖ ਦਾ ਨਾਮ ਲਾਰੈਂਸ ਬਿਸ਼ਨੋਈ ਨੇ ਨਹੀਂ ਲਿਆ ਤੇ ਦੂਜੇ ਪਾਸੇ ਪੰਜਾਬ ਪੁਲਿਸ ਦਾ ਵੀ ਇਹੀ ਖੁਲਾਸਾ ਹੋਇਆ ਸੀ ਕਿ ਮਨਕੀਰਤ ਔਲਖ ਦਾ ਇਸ ਮਾਮਲੇ ਨੂੰ ਲੈ ਕੇ ਕੋਈ ਵੀ ਲੈਣਾ ਦੇਣਾ ਨਹੀਂ ਹੈ ਮਨਕੀਰਤ ਔਲਖ ਨੂੰ ਕਲੀਨ ਚਿੱਟ ਦਿੱਤੀ ਗਈ ਸੀ ਲੇਕਿਨ ਹੁਣ ਗੱਲ ਇੱਥੇ ਆ ਜਾਂਦੀ ਹੈ ਕਿ ਗੈਂਗਸਟਰਾਂ ਦੇ ਨਿਸ਼ਾਨੇ ਤੇ ਕੌਣ ਹੈ ਬੰਬੀਹਾ ਗਰੁੱਪ ਦੇ ਨਿਸ਼ਾਨੇ ਤੇ ਮਨਕੀਰਤ ਔਲਖ ਸਭ ਤੋਂ ਟੌਪ ਲਿਸਟ ਤੇ ਨੇ ਜਿਹਦੀ ਫੇਸਬੁੱਕ ਤੇ ਪੋਸਟ ਪਾ ਕੇ ਉਹਨਾਂ ਨੇ ਪਹਿਲਾਂ ਤੋਂ ਹੀ ਸ਼ਰਿਆਮ ਧਮਕੀ ਦੇ ਦਿੱਤੀ ਹੈ ਮਨਕੀਰ ਤੌਲਖ ਨੂੰ ਹਾਲਾਂਕਿ ਇਹ ਵੀ ਕਿਹਾ ਗਿਆ ਬੰਬੀਹਾ ਗਰੁੱਪ ਦੇ ਵੱਲੋਂ ਕਿ ਉਹਨਾਂ ਨੂੰ ਕਈ ਗੈਂਗਸਟਰ ਉਹਨਾਂ ਦੇ ਨਾਮ ਜਿਹੜੇ ਨੇ ਪਤਾ ਨਹੀਂ ਤੇ ਇਹ ਵੀ ਕਿਹਾ ਕਿ ਜੋ ਵੀ 골ਡੀ ਬਰਾਡ ਜੱਗੂ ਭਗਵਾਨ ਪੁਰੀਆ ਤੇ ਲਾਰੈਂਸ ਬਿਸ਼ਨੋਈ ਦਾ ਸਾਥ ਦੇਗਾ ਉਹਨੂੰ ਵੀ ਅਸੀਂ ਗੱਡੀ ਜ਼ਰੂਰ ਝਾੜਾਂਗੇ ਲੇਕਿਨ ਸਿੰਗਰ ਦੀ ਗੱਲ ਕੀਤੀ ਜਾਵੇ ਤਾਂ ਮਨਕੀਰਤ ਔਲਖ ਦੇ ਲਈ ਸਾਫ਼ ਸ਼ਬਦਾਵਲੀ ਦੇ ਵਿੱਚ ਇਹੀ ਧਮਕੀ ਦਿੱਤੀ ਗਈ ਹੈ ਕਿ ਵੇਟ ਐਂਡ ਵਾਚ ਮਨਕੀਰਤ ਔਲਖ ਨੂੰ ਅਸੀਂ ਜ਼ਰੂਰ ਦੇਖਾਂਗੇ ਉਸ ਨੂੰ ਇਸ ਦਾ ਹਰਜਾਨਾ ਬਹੁਤ ਮਾੜਾ ਭੁਗਤਣਾ ਪਊਗਾ ਕਿਉਂਕਿ ਜਿਹੜੀ ਗਲਤੀ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਲਾਰੈਂਸ ਗੈਂਗ ਦੇ ਵੱਲੋਂ ਉਸ ਗਲਤੀ ਦੀ ਮਾਫੀ ਮਰ ਕੇ ਵੀ ਉਹਨਾਂ ਨੂੰ ਨਹੀਂ ਦਿੱਤੀ जा सकदी ਤਾਂ ਮਰਨ ਤੋਂ ਬਾਅਦ ਵੀ ਮਾਫੀ ਨਹੀਂ ਮਿਲ ਸਕਦੀ ਕਿਉਂਕਿ ਉਹਨਾਂ ਨੇ ਸਿੱਧੂ ਮਸੇਵਾਲਾ ਦਾ ਕਤਲ ਕੀਤਾ ਹੈ ਹਾਲਾਂਕਿ ਲਾਰੈਂਸ ਬਿਸ਼ਨੋਈ ਦੇ ਗੈਂਗ ਦਾ ਇਹ ਕਹਿਣਾ ਹੈ ਕਿ ਵਿੱਕੀ ਮਿੱਡੂ ਖੇੜਾ ਦੇ ਕਤਲ ਮਾਮਲੇ ਦੇ ਬਦਲੇ ਦੇ ਕਾਰਨ ਉਹਨਾਂ ਨੇ ਸਿੱਧੂ ਮਸੇਵਾਲਾ ਨੂੰ ਮਾਰਿਆ ਲੇਕਿਨ ਹੁਣ ਬੰਬੀਹਾ ਗਰੁੱਪ ਦਾ ਇਹ ਕਹਿਣਾ ਹੈ ਕਿ ਸਿੱਧੂ ਮਸੇਵਾਲਾ ਦਾ ਕਤਲ ਜਿਹੜਾ ਹੈ ਉਸ ਦਾ ਬਦਲਾ ਬੰਬੀਹਾ ਗਰੁੱਪ ਦੇ ਵੱਲੋਂ ਲਿਆ ਜਾਊਗਾ ਤੇ ਜ਼ਰੂਰ ਲਿਆ ਜਾਊਗਾ ਫਿਰ ਚਾਹੇ ਜਿੰਨਾ ਮਰਜ਼ੀ ਟਾਈਮ ਲੱਗ ਜਾਵੇ ਮਨਕੀਰਤ ਆਲਖ ਦੇ ਲਈ ਆਪ ਤੌਰ ਤੇ ਨਾ ਕਿਹਾ ਕਿ ਅਸੀਂ ਜ਼ਰੂਰ ਮਿਲਾਂਗੇ ਕਿਤੇ ਟਕਰਾਂਗੇ ਜ਼ਰੂਰ ਤੇ ਨਹੀਂ ਬਖਸ਼ਾਂਗੇ ਚਾਹੇ ਜਿੰਨਾ ਮਰਜ਼ੀ ਵਕਤ ਲੱਗ ਜਾਵੇ ਸਮਾਂ ਲੱਗ ਜਾਵੇ ਲੇਕਿਨ ਸਿੱਧੂ ਮਸਤੇ ਵਾਲਾ ਦੇ ਕਾਤਲਾ ਤੋਂ ਉਹਨਾਂ ਦਾ ਕਤਲ ਕਰਕੇ ਹੀ ਬਦਲਾ ਲਿਆ ਜਾਊਗਾ ਇਹ ਬੰਬੀਹਾ ਗਰੁੱਪ ਦਾ ਫੇਸਬੁੱਕ ਤੇ ਪੋਸਟ ਪਾ ਕੇ ਜੜੀ ਹੈ ਸ਼ਰਿਆਮ ਧਮਕੀ ਦਿੱਤੀ ਗਈ ਹੈ ਉਹਨਾਂ ਨੇ ਆਪਣੀ ਪੋਸਟ ਦੇ ਵਿੱਚ ਲਿਖਿਆ ਹੈ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਸ਼ੇਰ ਭਰਾਵਾਂ ਨੂੰ ਦਵਿੰਦਰ ਬੰਬੀਹਾ ਫਰਾਂਸ ਵਾਲੀ ਆਈਡੀ ਬੰਦ ਹੋ ਗਈ ਹੈ ਕੁਝ ਰੀਜ਼ਨ ਕਰਕੇ ਸੋ ਫੇਕ ਆਈਡਿਸ ਤੋਂ ਅਲਰਟ ਰਹੋ ਬਾਕੀ ਸਿੱਧੂ ਮਸੇਵਾਲਾ ਦੇ ਫਾਦਰ ਨੇ ਜੋ ਕਿਹਾ ਅਸੀਂ ਉਹਨਾਂ ਦੀ ਹਾਲ ਦਾ ਉਹਨਾਂ ਦੇ ਗੱਲ ਦਾ ਸਮਰਥਨ ਕਰਦੇ ਹਾਂ ਕਿ 골ਡੀ ਬਰਾੜ ਲੋਰੈਂਸ ਨਸ਼ਾ ਵੇਚਣ ਤੇ ਪੈਸਾ ਲੈ ਕੇ ਬੰਦਾ ਮਾਰਨ ਵਾਲੇ ਨੇ ਤੁਸੀਂ ਸਭ ਨੇ ਨੋਟ ਕੀਤਾ ਹੋਵੇਗਾ ਜਿਸ ਦਿਨ ਦਾ ਸਿੱਧੂ ਦਾ ਕਤਲ ਕਾਂਡ ਦੇ ਵਿੱਚ ਸਿੰਗਰਜ਼ ਦਾ ਨਾਂ ਜੋ ਕਿ ਗੁਪਤ ਰੱਖਿਆ ਹੈ ਹਜੇ ਤੱਕ ਫਿੰਗਰਸ ਦਾ ਨਾਮ ਆਇਆ ਉਸ ਦਿਨ ਦੇ 골ਡੀ ਬਰਾਡ ਤੇ ਮੇਰਾ ਸਭ ਝੂਠ ਸਾਹਮਣੇ ਆਏ ਨੇ ਤਾਂ ਉਹਨਾਂ ਦੇ 골ਡੀ ਬਰਾਡ ਦੇ ਬੰਦਿਆ ਦੇ ਸਾਰੇ ਝੂਠ ਸਾਹਮਣੇ ਆਏ ਨੇ ਤਾਂ ਇਹਨਾਂ ਵੱਲੋਂ ਕੋਈ ਪੱਖ ਨਹੀਂ ਪੇਸ਼ ਕੀਤਾ ਗਿਆ ਕਿਉਂਕਿ ਇਹਨਾਂ ਨੂੰ ਪਤਾ ਹੈ ਇਹਨਾਂ ਬਹੁਤ ਵੱਡਾ ਪਾਪ ਕੀਤਾ ਜਿਸ ਦਿਨ ਮਾਫੀ ਇਹਨਾਂ ਦੀ ਜਿਸ ਦੀ ਮਾਫੀ ਇਹਨਾਂ ਦੀ ਮੌਤ ਤੋਂ ਬਾਅਦ ਵੀ ਇਹਨਾਂ ਨੂੰ ਨਹੀਂ ਮਿਲਦੀ ਅਸੀਂ ਵੀ ਇਹ ਕਲੀਅਰ ਕਰਦੇ ਆ ਸਿੱਧੂ ਦੇ ਕਤਲ ਦਾ ਬਦਲਾ ਜ਼ਰੂਰ ਲਵਾਂਗੇ ਭਾਵੇਂ ਟਾਈਮ ਜਿੰਨਾ ਮਰਜ਼ੀ ਲੱਗ ਜਾਵੇ ਜੋ ਵੀ ਬੰਦਾ ਜੱਗੂ ਲਾਰੈਂਸ ਤੇ 골ਡੀ ਬਰਾਡ ਦਾ ਸਾਥ ਦੇਵੇਗਾ ਉਹਨਾਂ ਨੂੰ ਵੀ ਗੱਡੀ ਜ਼ਰੂਰ ਚਾੜਾਂਗੇ 골ਡੀ ਬਰਾਡ ਨੂੰ ਇਹ ਕਹਿੰਦੇ ਆ ਕਿ ਸੰਤ ਜੀ ਦਾ ਨਾਂ ਲੈ ਕੇ ਗੱਲ ਕਰਨ ਵਾਲਾ ਕਦੀ ਕਮਜ਼ੋਰ ਬੇਸਹਾਰਾ ਤੇ ਨਹੀਂ ਹੱਥੇ ਤੇ ਵਾਰ ਨਹੀਂ ਕਰਦਾ ਤੇ ਨਾ ਹੀ ਪੈਸੇ ਲੈ ਕੇ ਕਤਲ ਨੂੰ ਅੰਜਾਮ ਦਿੰਦਾ ਤਾਂ ਉਨਾ ਕਹਿਆ ਕਿ ਇਸ ਦਾ ਹਰਜਾਨਾ ਬਹੁਤ ਵੱਡਾ ਚੁਕਾਣਾ ਪਊਗਾ ਤੈਨੂੰ ਮਨਕੀਰਤ ਔਲਖ ਦੋਸ਼ੀ ਹੈ ਮਨਕੀਰਤ ਔਲਖ ਵੀ ਇਸ ਦੇ ਵਿੱਚ ਦੋਸ਼ੀ ਹੈ ਸਾਡੀ ਲਿਸਟ ਦੇ ਵਿੱਚ ਸਭ ਤੋਂ ਟਾਪ ਤੇ ਮਨਕੀਰਤ ਔਲਖ ਦਾ ਨਾਮ ਸ਼ਾਮਲ ਹੈ ਤੈਨੂੰ ਮਿਲਾਂਗੇ ਜ਼ਰੂਰ ਵੇਟ ਐਂਡ ਵਾਚ ਤਾਂ ਇਹ ਜਿਹੜੀ ਧਮਕੀ ਇਹ ਜ਼ਰੂਰ ਮਨਕੀਰਤ ਔਲਖ ਦੇ ਲਈ ਸਾਫ਼ ਤੌਰ ਤੇ ਸ਼ਬਦਾ ਦੇ ਵਿੱਚ ਵਰਤੀ ਗਈ ਹੈ ਜਿਹੜੀ ਧਮਕੀ ਹੈ ਸ਼ਬਦਾਵਲੀ ਵਰਤੀ ਗਈ ਹੈ ਉਹਨਾਂ ਦੇ ਵੱਲੋਂ ਸਿੱਧਾ ਕਰ ਦਿੱਤਾ ਗਿਆ ਸਿੱਧੇ ਤੌਰ ਤੇ ਇਸ ਗੱਲ ਦਾ ਸਪਸ਼ਟਿਕਰਨ ਦੇ ਦਿੱਤਾ ਗਿਆ ਬੰਬੀਹਾ ਗਰੁੱਪ ਦੇ ਵੱਲੋਂ ਕਿ ਉਹਨਾਂ ਦੀ ਰਡਾਰ ਤੇ ਕੌਣ ਹੈ ਉਹਨਾਂ ਦੀ ਟੌਪ ਲਿਸਟ ਤੇ ਕੌਣ ਹੈ ਮਨਕੀਰਤ ਤਾਲਖ ਦਾ ਨਾਮ ਸ਼ਾਮਲ ਹੈ ਜੋ ਕਿ ਵਿਦੇਸ਼ ਦੇ ਵਿੱਚ ਹੈ ਫਿਲਹਾਲ ਆਪਣੀ ਜਾਨ ਨੂੰ ਖਤਰਾ ਦੱਸਦੇ ਹੋਏ ਹੀ ਮਨਕੀਰਤ ਤਾਲਖ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਛੱਡ ਕੇ ਵਿਦੇਸ਼ ਚਲੇ ਗਏ ਤੇ ਇਹੀ ਹਵਾਲਾ ਦਿੱਤਾ ਸੀ ਉਹਨਾਂ ਦੇ ਵੱਲੋਂ ਕਿ ਮੇਰਾ ਕੋਈ ਲੈਣਾ ਦੇਣਾ ਨਹੀਂ ਹੈ ਸਿੱਧੂ ਮੁਸਤੈਵਾਲਾ ਦੇ ਕਤਲ ਮਾਮਲੇ ਦੇ ਵਿੱਚ ਤੇ ਦਿੱਲੀ ਪੁਲਿਸ ਨੇ ਵੀ ਉਹਨਾਂ ਨੂੰ ਕਲੀਨ ਚਿੱਟ ਕਰ ਦਿੱਤਾ ਹੈ ਤੇ ਪੰਜਾਬ ਪੁਲਿਸ ਨੇ ਵੀ ਆਪਣੀ ਤਫਤੀਸ਼ ਦੇ ਵਿੱਚ ਇਹ ਸਾਰੀਆਂ ਗੱਲਾਂ ਕਲੀਅਰ ਕਰ ਦਿੱਤੀਆਂ ਨੇ ਕਿ ਮਨਕੀਰਤ ਔਲਖ ਦਾ ਨਾਮ ਸਾਹਮਣੇ ਨਹੀਂ ਹੈ ਲੇਕਿਨ ਫਿਰ ਵੀ ਆਪਣੀ ਜਾਨ ਨੂੰ ਬਚਾਉਣ ਦੇ ਖਾਤਰ ਉਹ ਪੰਜਾਬ ਛੱਡ ਕੇ ਵਿਦੇਸ਼ ਜਾ ਰਹੇ ਸੀ ਜਾ ਰਹੇ ਨੇ ਇਹ ਜੜੀ ਹੈ ਬਿਆਨ ਮਨਕੀਰਤ ਔਲਖ ਦੇ ਵੱਲੋਂ ਦਿੱਤਾ ਗਿਆ ਸੀ ਜਦੋਂ ਉਹਨਾਂ ਨੇ ਪੰਜਾਬ ਛੱਡ ਕੇ ਵਿਦੇਸ਼ ਜਾਣਾ ਸੀ ਹਾਲਾਂਕਿ ਉਹ ਕਿੱਥੇ ਨੇ ਇਹ ਗੁਪਤ ਜ਼ਰੂਰ ਰੱਖਿਆ ਗਿਆ ਲੇਕਿਨ ਦੂਜੇ ਪਾਸੇ ਬੰਬੀਹਾ ਗਰੁੱਪ ਦੇ ਨਿਸ਼ਾਨੇ ਤੇ ਹਜੇ ਵੀ ਮਨਕੀਰਤ ਔਲਖ ਨੇ ਮਨਕੀਰਤ ਔਲਖ ਦੇ ਲਈ ਜਿੰਨੀ ਨਫ਼ਰਤ ਹੈ ਉਹ ਇਸ ਪੋਸਟ ਦੇ ਵਿੱਚ ਵੇਖੀ ਜਾ ਸਕਦੀ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਦਾ ਜ਼ਿੰਮੇਵਾਰ ਬੰਬੀਹਾ ਗਰੁੱਪ ਕਿਤਨਾ ਕੀਤਾ ਮਨਕੀਰਤ ਔਲਖ ਨੂੰ ਵੀ ਮੰਨਦਾ ਹੈ ਤੇ ਉਸ ਦਾ ਬਦਲਾ ਲੈਣ ਦੇ ਲਈ ਹੀ ਮਨਕੀਰਤ ਔਲਖ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਮਨਕੀਰਤ ਔਲਖ ਨੂੰ ਇਹ ਧਮਕੀ ਦਿੱਤੀ ਹੈ ਕਿ ਵੇਟ ਐਂਡ ਵਾਚ ਤੈਨੂੰ ਜ਼ਰੂਰ ਦੇਖਾਂਗੇ 골ਡੀ ਬਰਾਡ ਦੇ ਲਈ ਵੀ ਕਿਹਾ ਗਿਆ ਕਿ ਸਿੱਧੂ ਮੁਸੇਵਾਲਾ ਨੂੰ ਮਾਰਨ ਵਾਲੇ ਜਿੰਨੇ ਵੀ ਨੇ ਜਿਨ੍ਹਾਂ ਨੇ ਸਾਥ ਦਿੱਤਾ ਹੈ ਉਹਨਾਂ ਨੂੰ ਗੱਡੀ ਜ਼ਰੂਰ ਝਾੜਾਂਗੇ ਯਾਨੀ ਕਿ ਉਹਨਾਂ ਨੂੰ ਜ਼ਰੂਰ ਮਾਰ ਦਿੱਤਾ ਜਾਊਗਾ ਤੇ ਬਦਲਾ ਲਿਆ ਜਾਊਗਾ ਸਿੱਧੂ ਮੁਸੇਵਾਲਾ ਦੇ ਕਤਲ ਮਾਮਲੇ ਦਾ ਹਾਲਾਂਕਿ ਇਹ ਗੱਲ ਜ਼ਰੂਰ ਆਖੀ ਗਈ ਹੈ ਕਿ ਉਹ ਟਿੱਕੇ ਨਹੀਂ ਬੈਠਣਗੇ ਸ਼ਾਂਤ ਨਹੀਂ ਬੈਠਣਗੇ ਜਿੰਨਾ ਵੀ ਸਮਾਂ ਲੱਗਿਆ ਸਿੱਧੂ ਮੁਸੇਵਾਲਾ ਦੇ ਕਤਲ ਦਾ ਇਨਸਾਫ ਦਿਵਾਉਣ ਦੇ ਲਈ ਉਹ ਇਹ ਬਦਲੇ ਦੀ ਭਾਵਨਾ ਦੇ ਨਾਲ ਦੁੱਜੇ ਜਿਨ੍ਹਾਂ ਦੇ ਵੱਲੋਂ ਵੀ ਸਿੱਧੂ ਮੂਸੇਵਾਲਾ ਨੂੰ ਮਾਰਿਆ ਗਿਆ ਉਹਨਾਂ ਦਾ ਕਤਲ ਕਰਕੇ ਬਦਲਾ ਜ਼ਰੂਰ ਲੈਣਗੇ ਫਿਰ ਚਾਹੇ ਜਿੰਨਾ ਵੀ ਸਮਾਂ ਲੱਗੇ ਇਹ ਪੋਸਟ ਦੇ ਵਿੱਚ ਸਾਫ਼ ਤੌਰ ਤੇ ਲਿਖਿਆ ਗਿਆ ਸੀ ਪੋਸਟ ਵੀ ਤੁਹਾਨੂੰ ਵਿਖਾ ਰਹੇ ਹਾਂ ਜਿਹੜੀ ਕਿ ਸੁਲਤਾਨ ਦਵਿੰਦਰ ਬੰਬੀਹਾ ਦੇ ਨਾਮ ਤੋਂ ਇੱਕ ਅਕਾਊਂਟ 2 ਘੰਟੇ ਪਹਿਲਾਂ ਹੀ ਐਕਟਿਵ ਵੇਟ ਹੋਇਆ ਹੈ ਇਸ ਅਕਾਊਂਟ ਦੇ ਉੱਤੇ ਫੇਸਬੁੱਕ ਪੋਸਟ ਪਾ ਕੇ ਦਵਿੰਦਰ ਬੰਬੀਹਾ ਗਰੁੱਪ ਦੇ ਵੱਲੋਂ ਸ਼ਰੀਆਮਤਮ ਇਹ ਦਿੱਤੀ ਗਈ ਹੈ ਮਨਕੀਰਤ ਆਲਖ ਨੂੰ ਮਨਕੀਰਤ ਆਲਖ ਪੰਜਾਬ ਛੱਡ ਕੇ ਪਹਿਲਾਂ ਤੋਂ ਹੀ ਵਿਦੇਸ਼ ਦੇ ਵਿੱਚ ਨੇ ਲੇਕਿਨ ਬੰਬੀਹਾ ਗਰੁੱਪ ਦੇ ਨਿਸ਼ਾਨੇ ਤੇ ਹਜੇ ਵੀ ਮਨਕੀਰਤ ਆਲਖ ਨੇ ਹਾਲਾਂਕਿ ਪਹਿਲਾਂ ਵੀ ਇਹ ਨਾਮ ਸਾਹਮਣੇ ਆਇਆ ਸੀ ਲੇਕਿਨ ਹੁਣ ਜਿਹੜਾ ਬੰਬੀਹਾ ਗਰੁੱਪ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਮਨਕੀਰਤ ਔਲਖ ਦੇ ਲਈ ਉਹਨਾਂ ਦੇ ਦਿਲ ਦੇ ਵਿੱਚ ਕਿੰਨੀ ਨਫ਼ਰਤ ਭਰੀ ਹੋਈ ਹੈ ਤੇ ਉਸ ਤੋਂ ਬਦਲਾ ਲੈਣ ਦੇ ਲਈ ਦਵਿੰਦਰ ਬੰਬੀਹਾ ਗਰੁੱਪ ਹਜੇ ਵੀ ਪਾਲ ਦੇ ਵਿੱਚ ਜੁਟਿਆ ਹੋਇਆ ਹੈ ਇਹ ਵੀ ਲਿਖਿਆ ਗਿਆ ਹੈ ਕਿ ਅਸੀਂ ਜ਼ਰੂਰ ਮਿਲਾਂਗੇ ਤੇ ਜਿੱਥੇ ਵੀ ਮਿਲਾਂਗੇ ਇਸ ਦਾ ਖਰਚਾ ਮਨਕੀਰਤ ਔਲਖ ਨੂੰ ਜ਼ਰੂਰ ਭੁਗਤਣਾ ਪਊਗਾ ਤਾਂ ਪੋਸਟ ਤੁਸੀਂ ਵੀ ਵੇਖ ਰਹੇ ਹੋ ਜੋ ਸੀ ਸਕਰੀਨ ਤੇ ਦਿਖਾ ਰਿਆ ਉਹ ਪੋਸਟ ਦੇ ਵਿੱਚ ਸਾਫ਼ ਤੌਰ ਤੇ ਮਨਕੀਰਤ ਔਲਖ ਨੂੰ ਧਮਕੀ ਦਿੱਤੀ ਗਈ ਹੈ